ਤਖਤ ਦੇ ਮਾਲਕ ਜੁਗੋ ਜੁਗ ਅਟਲ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਅੰਦਰ ਸੁਭਾਈ ਮਾਨ ਗੁਰੂ ਸਾਧ ਸੰਗਤ ਜੀ ਵਾਓ ਸੁਰਤ ਟਿਕਾਈਏ ਗੁਰਦੇਵ ਦੇ ਚਰਨਾਂ ਦੇ ਵਿੱਚ। ਸਤਿਗੁਰੂ ਜੀ ਕਰੋ ਕਿਰਪਾ, ਆਪ ਹੀ ਆਪਣੇ ਬਚਨਾਂ ਦੇ ਅੰਦਰ ਅੰਮ੍ਰਿਤ ਕੀ ਹੈ ਦ੍ਰਿੜ ਕਰਵਾ ਦਿਓ। ਕਰੋ ਕਿਰਪਾ ਸਾਧ ਸੰਗਤ ਜੀਓ, ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਇਹਨਾਂ ਅੰਦਰ ਬਚਨ ਹੈ, ਜੋ ਤਉ ਪ੍ਰੇਮ ਖੇਲਣ ਕਾ ਚਾਉ, ਸਿਰ ਤਰ ਤਲੀ ਗਲੀ ਮੇਰੀ ਆਉ। ਵਿਚਾਰ ਆਰੰਭੀ ਸੀ ਪੰਜਾਂ ਪਿਆਰਿਆਂ ਤੋਂ, ਅਤੇ ਜਿਹੜੇ ਇਸ ਸ਼ਬਦ ਦੀ ਵਿਚਾਰ ਲੰਮੀ ਹੈ, ਪਰ ਇੱਕ ਅਰਜ਼ ਕਰਾਂ, ਬੱਚੇ ਦਾ ਮਨ ਨਾ ਹੋਵੇ, ਬੱਚਾ ਸਰੀਰ ਕਰਕੇ ਹੋਵੇ ਢਿੱਲਾ, ਖੇਡਣ ਦਾ ਉਹਦੇ ਵਿੱਚ ਚਾਅ ਨਾ ਹੋਵੇ, ਭਾਵੇਂ ਕਿੰਨੀਆਂ ਹੀ ਖੇਡਾਂ ਲਿਆ ਕੇ ਦਈਏ ਜਾਈਏ, ਉਹ ਖੇਡਦਾ ਨਹੀਂ, ਚਾਅ ਤੋਂ ਬਿਨਾਂ ਖੇਡਿਆ ਨਹੀਂ ਜਾਂਦਾ। ਜਿੰਨਾ ਚਿਰ ਗੁਰੂ ਦੇ ਨਾਲ ਪ੍ਰੇਮ ਨਹੀਂ, ਪ੍ਰੇਮ ਖੇਲਣ ਦਾ ਚਾਅ ਨਹੀਂ, ਉਹਨਾਂ ਚਿਰ ਸੀਸ ਤਲੀ 'ਤੇ ਵੀ ਧਰਿਆ ਨਹੀਂ ਜਾ ਸਕਦਾ। ਸਮਝਿਓ, ਜੋ ਤੋ ਪ੍ਰੇਮ ਖੇਲਣ ਕਾ ਚਾਉ, ਜੇ ਤੈਨੂੰ ਪ੍ਰੇਮ ਖੇਡਣ ਦਾ ਚਾਅ ਹੈ, ਚਾਅ ਤੋਂ ਬਿਨਾਂ ਖੇਡਿਆ ਨਹੀਂ ਜਾਂਦਾ। ਜਦੋਂ ਚਾਅ ਹੋਵੇ ਉਦੋਂ ਖੇਡਿਆ ਜਾ ਸਕਦਾ, ਭਾਵੇਂ ਇੱਥੇ ਰੰਗ ਦੀ ਹੋਲੀ ਹੋਵੇ, ਭਾਵੇਂ ਖੂਨ ਦੀ, ਚਾਅ ਤੋਂ ਬਿਨਾਂ ਨਹੀਂ ਖੇਡਿਆ ਜਾ ਸਕਦਾ। ਕਿਤੇ ਚਾਅ ਪ੍ਰਗਟ ਕਰ। ਹੁਣ ਜੋ ਚਾਅ ਦੇ ਨਾਲ ਹੀ ਪੰਜਾਂ ਨੇ ਦਾਤ ਲੈ ਕੇ ਸਾਨੂੰ ਦਿੱਤੀ ਹੈ, ਆਓ ਹੁਣ ਧੰਨ ਗੁਰੂ ਗ੍ਰੰਥ ਸਾਹਿਬ ਅੰਦਰ ਦਰਸ਼ਨ ਕਰਦੇ ਹਾਂ। ਗੁਰੂ ਸਾਹਿਬ ਨੇ ਅੰਮ੍ਰਿਤ ਲਫਜ਼ ਕਿੱਥੇ ਕਿੱਥੇ ਵਰਤਿਆ, ਕਿਹਨਾਂ ਕਿਹਨਾਂ ਚੀਜ਼ਾਂ ਲਈ ਵਰਤਿਆ ਹੈ। ਜੇ ਸਮਰਦੀ ਵਿਚਾਰ ਆਪਾਂ ਆਰੰਭੀਏ, ਉਹ ਅੰਮ੍ਰਿਤ ਕੀ ਹੈ? ਸੋ ਸਭ ਤੋਂ ਪਹਿਲਾਂ ਧਿਆਨ ਦੇਣਾ, ਜਿਹੜਾ ਸੁਖਮਨੀ ਸਾਹਿਬ ਪੜ੍ਹਨ ਵਾਲੇ ਨੇ, ਉੱਥੇ ਬਚਨ ਹੈ, ਜਿਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕੋ ਰੱਖ ਮਨ ਮਾਹੇ। ਇੱਥੇ ਜਿਹੜੀ ਅੰਮ੍ਰਿਤ ਦੀ ਗੱਲ ਕੀਤੀ ਹੈ, 36 ਪ੍ਰਕਾਰ ਭੋਜਨ, ਸਵਾਦਲੇ ਭੋਜਨ ਨੂੰ ਵੀ ਅੰਮ੍ਰਿਤ ਦਾ ਨਾਮ ਦਿੱਤਾ ਗਿਆ ਹੈ। ਅੰਮ੍ਰਿਤ ਕੀ ਹੈ ਦੇਖੀਏ। ਫਿਰ ਅੱਗੇ ਬਚਨ ਆਉਂਦਾ ਹੈ, ਜਿਹੇ ਮੁੱਖ ਪੰਚੋ ਅੰਮ੍ਰਿਤ ਖਾਏ। ਹੁਣ ਪੰਚੋ ਅੰਮ੍ਰਿਤ ਦਾ ਕੀ ਅਰਥ ਹੋ ਗਿਆ? ਪੰਚੋ ਅੰਮ੍ਰਿਤ ਜਿੱਥੇ ਸ਼ਬਦ ਆਇਆ, ਉੱਥੇ ਹੈ ਪੰਜ ਦਾ ਸੁਮੇਲ, ਜੋ ਹੈ ਦੁੱਧ, ਦਹੀਂ, ਘਿਓ, ਖੰਡ ਅਤੇ ਸ਼ਹਿਦ। ਇਹਨਾਂ ਨੇ, ਗੁਰੂ ਸਾਹਿਬ ਨੇ ਇਸ ਨੂੰ ਪੰਚੋ ਅੰਮ੍ਰਿਤ ਕਿਹਾ ਹੈ ਭਗਤ ਬਾਣੀ ਦੇ ਅੰਦਰ, ਪੰਚੋ ਅੰਮ੍ਰਿਤ ਖਾਹੇ। ਪਰ ਦੇਖੀਏ, ਜੋ ਕੜਾ ਪ੍ਰਸ਼ਾਦ ਬਣਦਾ ਹੈ, ਅੱਧ ਕਿਹਾ ਵੀ ਪੰਜਾਂ ਦਾ ਸੁਮੇਲ ਹੀ ਹੈ। ਜੇ ਮੁੱਖ ਪੰਚੋ ਅੰਮ੍ਰਿਤ ਖਾਏ, ਫਿਰ ਅੱਗੇ ਉਹਨਾਂ ਨੇ ਬਚਨ ਕੀਤਾ, ਪਸੂ ਮਿਲੈ ਚੰਗਿਆਈਆਂ, ਖੜ ਖਾਵੈ ਅੰਮ੍ਰਿਤ ਦੇ। ਇੱਥੇ ਦੁੱਧ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਫਿਰ ਅੱਗੇ ਤੁਰੀਏ ਥੋੜ੍ਹਾ ਜਿਹਾ, ਫਿਰ ਉਹ ਬਚਨ ਕਰਦੇ ਨੇ, ਸੋਇਨ ਕਟੋਰੀ ਅੰਮ੍ਰਿਤ ਭਰੀ। ਇੱਥੇ ਵੀ ਦੁੱਧ ਦਾ ਜ਼ਿਕਰ ਹੈ। ਫਿਰ ਅੱਗੇ ਬਚਨ ਕੀਤਾ, ਇਸ ਦੇਹੀ ਅੰਦਰ ਪੰਚ ਚੋਰ ਵਸੇ, ਕਾਮ ਕ੍ਰੋਧ ਲੋ ਮੋ ਅਹੰਕਾਰਾ, ਅੰਮ੍ਰਿਤ ਲੁੱਟੈ ਮਨਮੁਖ ਨੀ ਬੂਝੈ, ਕੋਈ ਨਾ ਸੁਣੈ ਪੁਕਾਰਾ। ਚੰਗੇ ਗੁਣਾਂ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਫਿਰ ਇੱਥੇ ਜਿਹੜੇ ਟਿਕਣ ਵਾਲੇ ਬਚਨ ਨੇ, ਗੁਰੂ ਜੀ ਕਹਿਣ ਲੱਗੇ, ਅੰਮ੍ਰਿਤ ਬਾਣੀ ਹਰ ਹਰ ਤੇਰੀ,
इत्थे बाणी नूं भी अमृत कहा गया है। जिदे दाल सुन सुन होवै परम गत मेरी, बाणी भी अमृत है। अगले बचना अंदर कहन लगे, हमारी प्यारी अमृत धारी गुरनिमख ना मन ते टारी ने। आ सारे दे सारे शब्द गुरु ग्रंथ साहिब दे ने, पर है वखो वख सारे। इत्थे क्या हमारी प्यारी अमृत धारी शरदा दी निगाह नाल देखिए, कहन लगे सतगुरु सिखा तेरी ता बाणी भी अमृत धारी है। हमारी प्यारी अमृत धारी, हुण बचन किते इत्थे 36 प्रकार दा भोजन अमृत, दुध अमृत, चंगे गुणां नूं भी अमृत किया सतगुरु ने। इत्थे बाणी भी अमृत ते गुरु साहिब इह जिहड़े पंचो अमृत दुध दही घिओ खंड शहद, इस नूं भी अमृत किया गया। वह अमृत किथे? जिथे जिहड़ा आपां पाल रहे हां। गुरु साहिब ने अगले बचन किते, सिखा बाणी तेरी है अमृत धारी शरदा दी निगाह नाल जरा तकी। हमारी प्यारी अमृत धारी, इत्थे बचन कीता सिखा तेरी बाणी जिहड़ी है गुरु दी बाणी आ भी अमृत है। जिहड़े सिद्धांतां विच आपां टिकणा है, समझना जिस चीज़ नूं, कहण लगे बाणी भी अमृत है। अगले बचनांदर कहा गुरु जी बाणी अमृत, फिर अगले बचनांदर कहण लगे पहले पातशाह अमृत है किथे? कहण लगे अमृत काया रह सुखाली बाजी है संसारो। ए दे अपने आप नू अमर ख्याल करके तू आराम अंदर रहिंदी है, पर यह जगत एक खेड है, इस नू भी अमृत कहा गया। अगले बचना अंदर चलीए, इत्थे बचन के अमृत हर हर नाम है। जिहड़े बचन आप याद करने ने वो है बाणी अमृत, नाम अमृत, ते हुण जिहड़े बचन आप करदे ने, कहण लगी अमृत हर हर नाम है मेरी जिंदड़ीए, नाम भी अमृत है। गुरु साहब ने फिर बचन जिहड़े किते ने स्पष्ट, कहण लगे फिर ध्यान दे जोड़ सुखनी साहब पढ़दे, नौनिध अमृत प्रभ का नाम, प्रभु दा नाम सिमरन अमृत है। फिर बचन करदे ने देही मैं इसका विश्राम, दे जिस दा विश्राम है टिकाणा है। ते जिहड़ा अमृत दी जदों गल करदे आ हुण ध्यान दिओ, इत्थों हुण जिहड़ा सादा सिधांत शुरू हुंदा है। जदों अमृत दी गल करदे आ ना, उदों आपां लोग गल्लां की करदे भी अमर छके सिर लाता वढता, लड़ाई हो गई, खालसे ने कृपान चलाती, उहनूं वढता। पर देखियो इस दे विच लड़ाई या दंगा आ कोई मान्या नहीं रखता, जुलम दे उत्ते कृपान चलती है, आ गल झूठ नहीं। अमृत ने इस शब्द नूं ऐ ना जोड़ी जाया करिए भी उसने अमर छकिया जी वह खालसा बन गया, वो दबके नाल दुनिया डरती है, दबका उत्थे मारे जाके जिथे गलत चीज़ां होंदियां। इत्थे मजलूमां ते गरीबां दे दबका मारन वाला खालसा नहीं होंदा, वह आप मजलूम बन जाता है। हुण जदों किसी नूं भी बेनती करदे हां अमृत छक समझण दे बचन ने, उदों अगों जिहड़ा जवाब है वह कहिंदे ने साढ़े तो सेवा जिन्नी मर्जी करवा लो, असी बाणी भी वाधू पढ़ लाँगे, इन्नी भी बाणी नहीं पढ़ते। अमृत छकन नूं जदों कहीए वह कहिंदे बाणी जिन्नी मर्जी पढ़ा लो, सेवा जिन्नी मर्जी करा लो, पर जो अमृत का नाम आता कहन लगे असं नहीं छक सकते। क्यों? वह कहते साढ़े अमृत अंदर है, विच साढ़े अमृत है। गुरु साहब ने जी अमृत की इतने गल करी है, वह कहन लगे अमृत किथे है सिखा? घर ही मैं अमृत भरपूर है मनमुखा साध ना पाया, अमृत तो घर ही है। फिर जेडे कहें लोग भी साढ़े अंदर अमृत है, फिर कितने वह भी सही हो, पर हुण विचार अंदर ध्यान दईए समझ पै जानी है।
कर ही मैं अमृत भरपूर है मनमुखा साधना पाया। कहते इस शरीर के अंदर ही अमृत भरपूर है, एक भरिया होंदा है भरपूर उसनों कहते जेडे भर के डुलदा पांडा। होया की पिया कहन लगे ज्यों कस्तूरी मिर्ग न जाने भ्रम दा परम भुलाया। हिरने अंदर नाभी अंदर कस्तूरी है पर ज्योंदिया जी मिलती नहीं, उसकी सुगंधी नालों भजदा है। हुण जदों शरीर अंदर देखांगे ना, हुण जदों मेडिकल साइंस की हिसाब नाल गल करिए, साड़ी नहीं पढ़ी पर जिन्ना तक उन्हां दा शरीर ते जिहड़ी सर्च करिए ओह की कहिंदे है भी की कुछ है शरीर दे अंदर, ओह शब्द बाणी अंदर भी है। बाणी कहन लगी जल की पीत पवन का थंबा रक्त बुंद का गारा, हाड मास नाड़ी को पिंजर पंखी बसै बिचारा। इत्थे भी जिक्र कीता हड दा मास दा। जदों हुण मेडिकल साइंस वालों ने आ शरीर का चैकअप करते ने आ भी की कहिंदे है, गुरु जी कहिंदे शरीर विच अमृत है। जदों आ सर्जरी करदे आ ते आ कहन लगदे है हार्ट ने नाड़ियां ने मास है फेफड़े ने विच दिल है रक्त है, फिर अमृत कित्थे रह गया। हुण देखिए इन्हां निगाह नाल आपां ने देखणी, आपां देखणा अमृत नूं शरदा दी निगाह नाल है कि उन्हां सारियां जिहड़े शरीर दे पुरजे होंदे ने सारे दे सारे गिणा दिंदे ने। हुण आपां देखदे आ किथे तां फोटोआं लगी होंदियां जिथे एक एक अंग दा दस्सिया हुंदा है भी इस अंग आह है इहनूं आह है इस रिपार्ट नूं आह कहा जांदा है। पर जे गुरु जी कहिंदे ने शरीर अंदर अमृत है पर वह अमृत इत्थे नज़र क्यों नहीं आया, फिर गुरु साहिब ने इन्ना नहीं अगे होर बचन किया है, कहन लगे अंदर दी गल अंतर खूहटा अमृत भरे आ शब्दे काढ पीए पनिहारी। केवल अमृत की बूंद नहीं अंदर, इस काया के अंदर ता खूहटा कहिंदे आ खूह नूं, कहन लगे इस काया के अंदर ता अमृत का एक खूह है। जो कबीर जी तो पुछिए उन्होंने होर गां वध के गल की है कबीर जी अंदर की है, कहन लगे कबीर पाल समूहा सरवर भरा। इन्होंने समुद्र की गल कर दी सीधी, उत्थे खूह की गल करते हैं, कहन लगे खूह नहीं खूह तो भी वध के है, काया अंदर की है नज़र नहीं आता। कहन लगे पाल समूहा सरवर भरा पी ना सकै कोई नीर, इस देह दे अंदर खूह भी अते उस तों वध के सरवर समुंदर है अंदर। फिर उन्होंने बचन किया पी ना सकै कोई नीर, पीएगा किवें, कहन लगे भाग बड़े तै पायो तू भर भर पियो। कबीर अमृत दिंदा कौन है, अमृत का पता किवें लगे। हुण जिहड़ा हो गया भी साढ़े अंदर अमृत है, गुरु साहिब भी कहन लगे अंदर खूह भी है, अंदर अमृत का समुंदर है सरवर है। इस समुंदर नूं हुण बाहर किवें लिआंदा जाए। हुण जिहड़े नुकते ने उदाहरण रूपी बचन आप जी दे चरणा च बेनती है ध्यान देना, असल विच गल सारी समझ दी है पै जाए, इहदे वर्गी कोई रीस नहीं, साखियां बहुत आउंदियां ने जिस नाल समझ पै जाए उस वर्गा अमृत टिकाउण वर्गा कोई बचन ही नहीं हो सकता। जो हुण अमृत है आपां कहिंदे आ भी अमृत क्यों, अमृत जदों अंदर है तो फिर आ छकाउंदे क्यों ने। पहला मैं उदाहरण दे के कहां, लकड़ की कुर्सी ते आपां जदों भी बैठे हाँ कि सानू सेक लगता है नहीं लगता। लकड़ दे पलंग ते आपां बैठे हाँ उठते हाँ पैने हाँ कि आपां नूं सेक लगता है नहीं लगता। बखूबी बच्चा बच्चा जानता है भी लकड़ दे अंदर अग है पर कुर्सी ते पलंग ते बैठे सानू सेक तक दे लग्या नहीं, अग कित्थे है। इत्थे गुरु जी कहिंदे ने अमृत अंदर है पर नज़र क्यों नहीं। दूजे वल बचन करदे आ पलंग ते कुर्सियां ते बहन वालिया तक ता सी अग ता इहदे अंदर सेक क्यों नहीं लगदा। सियाणे लोग बचन करदे हुंदे ने
ਕਹਿਣ ਲੱਗੇ ਹੈ ਤਾਂ ਅੱਗ ਅੰਦਰ, ਇਸ ਅੱਗ ਨੂੰ ਪ੍ਰਗਟ ਕਰਨ ਵਾਸਤੇ ਇੱਕ ਸੀਖ ਦੀ ਜ਼ਰੂਰਤ ਹੈ। ਜਿੱਦਣ ਇਸ ਲੱਕੜ ਨੂੰ ਇੱਕ ਸੀਖ ਦਾ ਸਹਾਰਾ ਮਿਲ ਗਿਆ, ਕਹਿੰਦੇ ਆ ਵਿਸ਼ਾਲ ਭਾਂਬੜ ਮਚਾ ਦੇਗੀ, ਅੱਗ ਇਹਦੀ ਬਾਹਰ ਆ ਜਾਏਗੀ। ਕੁਰਸੀ ਨੂੰ ਸੀਖ ਲਾ ਕੇ ਦੇਖੀ, ਅੱਗ ਜਲਾਈਏ ਇਹਦੇ ਨਾਲ, ਜਦੋਂ ਆ ਬਲਦੀ ਤਾਂ ਫਿਰ ਬਹਿ ਕੇ ਦੇਖੀ, ਬਹਿ ਸਕਦੇ ਹਾਂ? ਕਹਿੰਦੇ ਨਹੀਂ, ਹੁਣ ਅੱਗ ਇਹਦੀ ਬਾਹਰ ਆ ਗਈ। ਬਾਹਰ ਲਿਆਉਣ ਵਾਸਤੇ ਕਹਿਣ ਲੱਗੇ ਇਸ ਨੂੰ ਦ੍ਰਿਸ਼ਟਮਾਨ ਦੇ ਅੰਦਰ ਦੇਖਣ ਲਈ ਸੀਖ ਦੀ ਜ਼ਰੂਰਤ ਹੈ। ਹੁਣ ਅੱਗੇ ਵਧੀਏ। ਜਿਹੜਾ ਹੈ ਮਾਂ, ਮਾਂ ਦੀ ਜਦੋਂ ਉਮਰ ਸੀ 20-25 ਸਾਲ, ਇਹਦੇ ਕੋਲ ਇੱਕ ਪੁੱਤਰ ਜਾਂ ਧੀ ਹੋਈ, ਹੁੰਦੇ ਸਾਰ ਉਸ ਬੱਚੇ ਦਾ ਚਲਾਣਾ ਹੋ ਗਿਆ, ਬੱਚਾ ਮਰ ਗਿਆ। ਉਹ ਜਿਹੜੀ ਮਾਂ ਹੈ 80 ਸਾਲ ਦੀ ਹੋ ਗਈ, ਅਤੇ ਸਿੱਧਾ ਫਰਕ ਪੈ ਗਿਆ ਵੀ ਉਸ ਬੱਚੇ ਨੂੰ ਗੁਜ਼ਰਿਆਂ ਨੂੰ 55-60 ਸਾਲ ਹੋ ਗਏ। ਮਾਂ ਨੂੰ ਉਹ ਸਾਰੀਆਂ ਚੀਜ਼ਾਂ ਭੁੱਲ ਗਈਆਂ, ਪਰ ਜਦੋਂ ਮਾਂ ਉਹੀ ਬੁੜੀ ਹੋਈ, 80 ਸਾਲ ਦੀ ਹੋ ਗਈ, ਉਹ ਕਿਸੇ ਦਾ ਮਰਿਆ ਬੱਚਾ ਦੇਖਦੀ, ਉਹਨੂੰ ਆਪਣਾ ਬੱਚਾ ਚੇਤੇ ਆ ਜਾਂਦਾ ਹੈ। ਉਹ ਕਿਉਂ? ਕਹਿਣ ਲੱਗੇ ਉਹ ਦਰਦ ਤਾਂ ਅੰਦਰ ਸੀ, ਪਰ ਜਦੋਂ ਬਾਹਰੋਂ ਦਰਦ ਦਾ ਸੇਖ ਲੱਗੇ, ਆਪਣੇ ਵਾਲਾ ਦਰਦ ਚੇਤੇ ਆ ਗਿਆ ਸੀ, ਆਪਣੇ ਵਾਲਾ ਦਰਦ ਚੇਤੇ ਆਇਆ। ਜਿਹੜਾ ਹੁਣ ਅੰਮ੍ਰਿਤ ਹੈ, ਹੈ ਤਾਂ ਪਿਆਰਿਆ, ਕਹਿਣ ਲੱਗੇ ਅੰਦਰ ਸਮੁੰਦਰ, ਪਰ ਅਗਲੇ ਬਚਨ ਅੰਦਰ ਕੀ ਕਹਿਣ ਲੱਗੇ? ਫਿਰ ਇੱਕ ਜਿਹੜਾ ਸ਼ਬਦ ਆਉਂਦਾ ਹੈ, ਗੁਰੂ ਸਾਹਿਬ ਜੀ ਕਹਿੰਦੇ ਨੇ, ਆਪਾਂ ਥੋੜ੍ਹੀ ਜਿਹੀ ਉਹ ਸ਼ਬਦ ਅੰਦਰ ਬੇਨਤੀ ਕਰਨੀ। ਉਹ ਸ਼ਬਦ ਹੈ, ਭਾਂਡਾ ਧੋਏ ਬੈਸ ਧੂਪ ਦਿਓ, ਤੁਹਾਨੂੰ ਚੇਤੇ ਹੀ ਹੋਣਾ। ਤਾਂ ਉਹ ਦੁੱਧ ਹੈ ਕੋ ਜਾਵੋ, ਦੁੱਧ ਕਰਮ ਫੁਨ ਸੁਰਤ ਸਮਾਇਣ, ਹੋਏ ਨਿਰਾਸ਼ ਜਮਾਓ। ਖਾਲਸੇ ਨੇ ਤਾਂ ਰੋਜ਼ ਆਪਣੇ ਅੰਦਰ ਅੰਮ੍ਰਿਤ ਸੰਚਾਰ ਕਰਨਾ, ਇੱਕ ਦਿਨ ਨਹੀਂ। ਭਾਂਡੇ ਨੂੰ ਸੋਹਣਾ ਤਿਆਰ ਕਰਕੇ ਧੁੱਪ ਲਵਾਉਂਦੀਆਂ ਨੇ ਸਵਾਣੀਆਂ ਘਰਾਂ ਦੇ ਵਿੱਚ, ਉਹਦੇ ਵਿੱਚ ਦੁੱਧ ਜਮਾਇਆ ਜਾਂਦਾ ਹੈ। ਪਰ ਜੇ ਉਸ ਦੁੱਧ ਨੂੰ ਸਿੱਧਾ ਰਿੜਕਿਆ ਜਾਏ ਵੀ ਇਸ ਦੁੱਧ ਵਿੱਚੋਂ ਆਪਾਂ ਮੱਖਣ ਲੈ ਲਈਏ, ਉਸ ਮੱਖਣ ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ। ਇਸ ਅੰਮ੍ਰਿਤ ਰੂਪੀ ਦੁੱਧ ਦੇ ਵਿੱਚੋਂ ਅੰਮ੍ਰਿਤ ਰੂਪੀ ਮੱਖਣ ਲੈ ਲਈਏ ਅਤੇ ਦੁੱਧ ਨੂੰ ਕਹੀਏ ਅਸੀਂ ਤੁਹਾਨੂੰ ਰਿੜਕੇ ਦਿਆਂ, ਤੇ ਉਹ ਮੱਖਣ ਦੇ ਸਕਦਾ ਹੈ? ਅਤੇ ਉਹਦਾ ਅੱਗੇ ਬਚਨ ਹੋਏਗਾ, ਕਹਿਣ ਲੱਗੇ ਮੱਖਣ ਤਾਂ ਹੈ ਮੇਰੇ ਅੰਦਰ ਹੀ, ਪਰ ਇਹਦੇ ਲਈ ਯਤਨ ਕਰਨਾ ਪਏਗਾ। ਉਹ ਯਤਨ ਕਿਹੋ ਜਿਹਾ? ਕਹਿਣ ਲੱਗੇ ਉਹਦੇ ਅੰਦਰ ਜਾਗ ਲਾਣੀ ਪਏਗੀ। ਜਾਗ ਤੋਂ ਬਿਨਾਂ ਦੁੱਧ, ਇਹਦੇ ਵਿੱਚੋਂ ਮੱਖਣ ਨਹੀਂ ਨਿਕਲ ਸਕਦਾ। ਮੱਖਣ ਕਹਿੰਦਾ ਮੈਂ ਦੁੱਧ, ਦੁੱਧ ਕਹਿੰਦਾ ਮੱਖਣ ਤਾਂ ਮੈਂ ਦੇ ਸਕਦਾ ਹਾਂ, ਪਰ ਪਿਆਰੇ ਇੱਕ ਗੱਲ ਚੇਤਾ ਰੱਖੀ, ਜਾਗ ਤੋਂ ਬਿਨਾਂ ਮੈਂ ਕੁਝ ਨਹੀਂ ਕਰ ਸਕਦਾ। ਗੁਰੂ ਸਾਹਿਬ ਇੱਥੇ ਬੋਲੇ, ਕਹਿਣ ਲੱਗੇ ਅੰਦਰ ਅੰਮ੍ਰਿਤ ਦਾ ਸਰੋਵਰ ਹੈ, ਪਰ ਜਿੰਨਾ ਚਿਰ ਅੰਮ੍ਰਿਤ ਪਾਉਲ ਖੰਡੇ ਧਾਰ ਹੋ ਜਨਮ ਸੁਹੇਲਾ, ਜਿੰਨਾ ਚਿਰ ਅੰਮ੍ਰਿਤ ਦੀ ਜਾਗ ਅੰਦਰਲੇ ਸਰੋਵਰ ਨੂੰ ਨਹੀਂ ਲੱਗਦੀ, ਉਨਾ ਚਿਰ ਸਰੋਵਰ ਅੰਮ੍ਰਿਤ ਬਾਹਰ ਨਹੀਂ ਆ ਸਕਦਾ। ਨੁਕਤਾ ਸ਼ਾਇਦ ਮੇਰੇ ਹਿਸਾਬ ਨਾਲ ਸਮਝ ਪੈ ਗਿਆ ਹੋਣਾ। ਜਾਗ ਤੋਂ ਬਿਨਾਂ ਦੁੱਧ ਤੋਂ ਮੱਖਣ ਨਹੀਂ, ਇਸ ਅੰਮ੍ਰਿਤ ਦੇ ਅੰਦਰ ਜਾਣ ਤੋਂ ਬਿਨਾਂ ਅੰਦਰਲੇ ਸਰੋਵਰ ਤੋਂ ਅੰਮ੍ਰਿਤ ਦਾ ਸਵਾਦ ਨਹੀਂ ਲੈ ਸਕਦੇ। ਅੰਦਰਲਾ ਸਰੋਵਰ, ਮਾਂ ਦਾ ਪੁੱਤ ਭਾਵੇਂ ਧੀ 60-65 ਸਾਲ ਪਹਿਲਾਂ ਗੁਜ਼ਰ ਗਿਆ ਸੀ ਗੋਦ ਦੇ ਵਿੱਚ, ਜਦੋਂ ਮਾਂ ਨੂੰ ਕਿਸੇ ਦਾ ਪੁੱਤ ਦੇਖਦੀ ਹੈ, ਬਾਹਰੋਂ ਜਦੋਂ ਦੁੱਖ ਅੰਦਰ ਜਾਂਦਾ ਤੇ ਨਾਲ ਦੀ ਨਾਲ ਮਾਂ ਤੜਪ ਉੱਠਦੀ ਹੈ। ਜਦੋਂ ਲੱਕੜ ਦੇਖਦੇ ਆ, ਲੱਕੜ ਨੂੰ ਸੇਕ ਨਹੀਂ ਲੱਗਦਾ, ਸਿੱਧਾ ਹੱਥ ਲਾਈਏ, ਜਦੋਂ ਸੀਖ ਲੱਗਦੀ ਉਹਦੇ ਵਿੱਚ ਭਾਂਬੜ ਜਲ ਪੈਂਦੇ ਨੇ। ਕਹਿਣ ਲੱਗੇ ਹੈ ਅੱਗ, ਸੀਖ ਬਿਨਾਂ ਪ੍ਰਗਟ ਨਹੀਂ, ਹੈ ਮਾਂ, ਜਿੰਨਾ ਚਿਰ ਕਿਸੇ ਦੇ ਦਰਦ ਨੂੰ ਨਾ ਤੱਕ ਲਏ। ਹੁਣ ਕਿਸੇ ਦੇ ਸੋਗ ਤੇ ਜਾਂਦੇ ਹਾਂ, ਜ਼ਿਆਦਾਤਰ ਲੋਕ ਅਗਲੇ ਨੇ ਨਹੀਂ ਆਪਣੇ ਦੁੱਖਾਂ ਨੂੰ ਬਾਹਲਾ ਰੋਂਦਾ ਹੁੰਦਾ ਹੈ। ਉਹ ਕਿਉਂ? ਕਿਉਂਕਿ ਉਹਦੇ ਬਾਹਰਲੇ ਦੁੱਖ ਨੂੰ ਦੇਖ ਕੇ ਸਾਡਾ ਅੰਦਰਲਾ ਦੁੱਖ ਜਾਗ ਪੈਂਦਾ ਹੈ। ਗੁਰੂ ਜੀ ਕਹਿੰਦੇ ਨੇ ਆਹ ਜਿਹੜਾ ਅੰਮ੍ਰਿਤ ਹੈ, ਬਾਹਰਲੇ ਬਿਨਾਂ ਚੇਤੇ ਕਿਵੇਂ ਆਵੇ? ਅਗਲਾ ਜਿਹੜਾ ਬਚਨ ਕੀਤਾ, ਉਸ ਦੇ ਵਿੱਚ ਗੁਰੂ ਸਾਹਿਬ ਨੇ ਕਮਾਲ ਕਰ ਦਿੱਤੀ ਹੈ। ਉੱਥੇ ਬਚਨ ਕੀਤਾ, ਕਹਿਣ ਲੱਗੇ ਦੇਖੋ, ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਮੋਰ ਗਿਆਨਾ, ਬੁਝਾਰਤ ਪਾ ਦਿੱਤੀ। ਗੁਰੂ ਨਾਨਕ ਸਾਹਿਬ ਦਾ ਬਚਨ ਹੈ ਜੀ। ਕਹਿਣ ਲੱਗੇ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੂਝੋ ਬ੍ਰਹਮ ਗਿਆਨੀ। ਬੁੱਝਣਾ ਕੀ ਹੈ ਗੁਰੂ ਸਾਹਿਬ?
ਕਹਿਣ ਲੱਗੇ ਹੁਣ ਧਿਆਨ ਦਿਓ ਉਸ ਨੁਕਤੇ ਵੱਲ, ਗੱਲ ਹੋਰ ਪਾਸੇ ਨਹੀਂ ਲੈ ਕੇ ਜਾਣੀ, ਬੇਨਤੀ। ਅਤੇ ਹੁਣ ਗੁਰੂ ਸਾਹਿਬ ਬੋਲੇ ਕਿ ਉਹਦੇ ਪੁਰਖ ਦੇ ਵਿੱਚ ਨਾਰ ਹੈ। ਕਹਿਣ ਲੱਗੇ ਬੰਦੇ ਦੇ ਅੰਦਰ ਇਸਤਰੀ ਹੈ, ਉਹ ਕਿਵੇਂ ਹੋ ਸਕਦਾ? ਗੁਰੂ ਨਾਨਕ ਸਾਹਿਬ ਕਹਿਣ ਲੱਗੇ ਬੁੱਝ ਕੇ ਦਿਖਾਉਣ, ਕਿਤੇ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਕਿਤੇ ਬ੍ਰਹਮ ਗਿਆਨੀ ਇਸ ਗੱਲ ਨੂੰ ਬੁੱਝ, ਬੰਦੇ ਦੇ ਅੰਦਰ ਇਸਤਰੀ ਹੈ, ਮੇਲ ਫੀਮੇਲ। ਕਹਿਣ ਲੱਗੇ ਬੰਦੇ ਦੇ ਅੰਦਰ ਇਸਤਰੀ ਹੈ ਅਤੇ ਇਸਤਰੀ ਦੇ ਅੰਦਰ ਪੁਰਖ ਹੈ। ਹੁਣ ਆਪਾਂ ਕਹਾਂਗੇ ਵੀ ਜਿਹੜਾ ਪੁਰਖ ਹੈ ਉਹ ਤਾਂ ਪੁਰਖ ਹੀ ਹੈ, ਜਿਹੜੀ ਇਸਤਰੀ ਉਹ ਇਸਤਰੀ ਹੈ, ਇਹਦੇ ਵਿੱਚ ਹੁਣ ਦੋ ਕਿਵੇਂ ਹੋ ਸਕਦੇ? ਹੁਣ ਧਿਆਨ ਦਿਓ, ਹੁਣ ਜਿਹੜਾ ਬੇਟੀ ਦਾ ਜਨਮ ਪਿਤਾ ਬਿਨਾਂ ਨਹੀਂ ਹੋ ਸਕਦਾ। ਇੱਥੇ ਜਿਹੜਾ ਬਚਨ ਸੋਚਣ ਦੀ ਗੱਲ ਹੈ, ਪਿਤਾ ਬਿਨਾਂ ਜੇ ਬੇਟੀ ਦਾ ਜਨਮ ਨਹੀਂ ਹੋ ਸਕਦਾ, ਕਿ ਬੇਟੀ ਦਾ ਅੰਸ਼ ਪਿਤਾ ਅੰਦਰ ਨਹੀਂ? ਜਦੋਂ ਕੋਈ ਇਸਤਰੀ ਕਿਸੇ ਪੁੱਤਰ ਨੂੰ ਜਨਮ ਦਿੰਦੀ ਹੈ, ਕਿ ਉਹਦੇ ਅੰਦਰ ਉਹ ਪੁਰਖ ਨਹੀਂ? ਕਹਿਣ ਲੱਗੇ ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਪੁਰਖ ਦੇ ਅੰਦਰ ਇਸਤਰੀ, ਇਸਤਰੀ ਦੇ ਅੰਦਰ ਪੁਰਖ। ਪਰ ਉਹਨਾਂ ਚਿਰ, ਕਹਿਣ ਲੱਗੇ ਆ, ਪ੍ਰਗਟ ਸਰੂਪ ਨਹੀਂ ਹੋ ਸਕਦਾ ਬੱਚੇ ਦਾ, ਜਿੰਨਾ ਚਿਰ ਇਹਨਾਂ ਦਾ ਬਾਹਰਲਾ ਸੁਮੇਲ ਨਾ ਹੋ ਜਾਏ। ਧਿਆਨ ਦਿਓ, ਮੇਰੀ ਬੇਨਤੀ ਹੈ, ਆਪਾਂ ਨੁਕਤਾ ਸਮਝ ਲਈਏ। ਮੇਲ ਤੋਂ ਬਿਨਾਂ ਕੁਝ ਨਹੀਂ। ਪੁਰਖ ਮੈਂ ਨਾਰ, ਨਾਰ ਮੈਂ ਪੁਰਖਾ, ਬੁੱਝੋ ਬ੍ਰਹਮ ਗਿਆਨੀ। ਕਹਿਣ ਲੱਗੇ ਖਾਲਸੇ ਦਾ ਜਨਮ ਉਹਨਾਂ ਚਿਰ ਹੋ ਨਹੀਂ ਸਕਦਾ ਜਿੰਨਾ ਚਿਰ ਗੁਰੂ ਗੋਬਿੰਦ ਸਿੰਘ ਪਿਤਾ ਅੰਮ੍ਰਿਤ ਦੀ ਦਾਤ ਵਰਤਾ ਨਹੀਂ ਦਿੰਦੇ, ਉਹਨਾਂ ਚਿਰ ਅੰਮ੍ਰਿਤ ਦਾ ਕੁੰਡ ਨਹੀਂ ਮਿਲ ਸਕਦਾ। ਜਿਹੜੇ ਸ਼ਬਦ ਨੇ ਗੁਰੂ ਸਾਹਿਬ ਕਹਿਣ ਲੱਗੇ, ਜਿਸ ਜਲ ਨਿਦ ਕਾਰਨ ਤੁਮ ਜਗ ਆਏ, ਸੋ ਅੰਮ੍ਰਿਤ ਗੁਰ ਪਾਹੀ ਜੀਉ ਪਾ ਲਏਗਾ, ਛੋਡੋ ਵੇਸ ਭੇਖ ਚਤੁਰਾਈ, ਦੁਬਦਾਏ ਫਲ ਨਾਹੀ ਜੀਉ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣਾ ਦੂਆ ਤੀਆ। ਕਹਿਣ ਲੱਗੇ ਜਿੰਨਾ ਮਰਜ਼ੀ ਜ਼ੋਰ ਲਾ ਲੈ, ਜਿੱਥੇ ਮਰਜ਼ੀ ਭੱਜਿਆ ਫਿਰ, ਗੁਰੂ ਤੋਂ ਬਿਨਾਂ ਤੈਨੂੰ ਕਿਸੇ ਨੇ ਅੰਮ੍ਰਿਤ ਨਾਲ ਨਹੀਂ ਜੋੜਨਾ। ਹੁਣ ਦੇਖੀਏ, ਅੰਦਰ ਜਾਣ ਵਾਲਾ ਅੰਮ੍ਰਿਤ ਜੋ ਚੂਲੇ ਪੈਂਦੇ ਨੇ ਮੁੱਖ ਦੇ ਵਿੱਚ, ਨੇਤਰਾਂ 'ਤੇ, ਸੀਸ 'ਤੇ, ਗੁਰੂ ਸਾਹਿਬ ਕਹਿਣ ਲੱਗਿਆ, ਦੇਖੀ ਪਿਆਰੇ ਤੇਰੇ ਅੰਦਰਲੇ ਅੰਮ੍ਰਿਤ ਨੂੰ ਜਾਗ ਹੈ। ਅੰਦਰ ਅੰਮ੍ਰਿਤ ਕਹਿਣ ਵਾਲਿਓ ਅੱਜ ਸੁਣੋ, ਅੰਦਰ ਪਿਆ ਹੋਇਆ ਵਸਤੂ ਕਿੰਨੀ ਵੀ ਪਈ ਰਹੇ ਭਾਵੇਂ, ਜਿੰਨਾ ਚਿਰ ਪ੍ਰਗਟ ਨਹੀਂ ਹੁੰਦੀ ਤਾਂ ਫਾਇਦਾ ਕੀ? ਦੁੱਧ ਹੈ, ਸਵਾਦ ਲੈਣਾ ਹੈ ਮੱਖਣ ਦਾ, ਜਾਗ ਲਾਉਣ ਦਾ ਚੱਜ ਹੀ ਸਾਨੂੰ ਕੋਈ ਨਹੀਂ। ਕਈ ਵਾਰੀ ਦੇਖੋ ਆਪਾਂ ਦੁੱਧ ਵਾਲਾ ਭਾਂਜਾ ਭਾਂਡਾ ਤੋੜੀ ਮਾਂਜ ਬਿੰਨੇ ਆ, ਖੱਟਾ ਬਚਦਾ ਨਹੀਂ, ਜਾਗ ਬਚਦਾ ਨਹੀਂ, ਤੇ ਗੁਆਂਢੀਆਂ ਤੋਂ ਮੰਗਿਆ ਜਾਂਦਾ ਵੀ ਸਾਨੂੰ ਘੁੱਟ ਖੰਡ ਦੇ, ਸਾਡਾ ਦੁੱਧ ਜੰਮ ਜਾਣਾ। ਇਸ ਗੱਲ 'ਤੇ ਸਮਝ ਲਈਏ, ਜਾਗ ਬਿਨਾਂ ਨਹੀਂ ਹੋ ਸਕਦਾ ਅੰਮ੍ਰਿਤ ਬਿਨਾਂ। ਅੰਦਰ ਦੇ ਕੁੰਡ ਕਹਿਣ ਵਾਲਿਓ, ਜਾਗ ਬਿਨਾਂ ਇਸ ਅੰਮ੍ਰਿਤ ਸਰੋਵਰ ਦਾ ਆਨੰਦ ਨਹੀਂ ਮਾਣਿਆ ਜਾ ਸਕਦਾ। ਪਾਲ, ਫਿਰ ਕਬੀਰ ਜੀ ਦਾ ਬਚਨ ਜਿਹੜਾ ਸੀ, ਪਾਲ ਸਮੂਹਾ ਸਰਵਰ ਭਰਾ, ਪੀ ਨਾ ਸਕੈ ਕੋਈ ਨੀਰ। ਜਦੋਂ ਕਹਿਣ ਲੱਗੇ ਕਬੀਰ ਨੂੰ ਸਮਝ ਪੈ ਗਈ ਮੇਰੇ ਅੰਦਰ ਸਰੋਵਰ ਹੈ, ਅੰਦਰਲੇ ਸਰੋਵਰ ਦਾ ਕਹਿੰਦਾ ਜਦੋਂ ਪਤਾ ਲੱਗ ਗਿਆ, ਲੱਗ ਗਈ ਜਾਗ, ਫਿਰ ਕਹਿੰਦੀ ਭਾਗ ਵੱਡੇ ਤੈ ਪਾਇਓ, ਤੂੰ ਭਰ ਭਰ ਪੀਓ ਕਬੀਰ। ਖੂਹ ਵੀ ਇੱਥੇ ਆ ਗਿਆ, ਫਿਰ ਇੱਥੇ ਕਹਿਣ ਲੱਗੇ ਸਮੁੰਦਰ ਵੀ ਮਿਲ ਗਿਆ, ਬਸ ਲੋੜ ਸੀ ਕੇਵਲ ਬਾਹਰਲੀ ਜਾਗ ਦੀ। ਹੁਣ ਬੱਚਾ ਛੋਟਾ ਹੈ, ਗੋਦ ਅੰਦਰ ਬੱਚਾ ਖੇਡਦਾ ਹੈ, ਇਹਨੂੰ ਹੁਣ ਸਾਲ ਡੇਢ ਸਾਲ ਦਾ ਬੱਚਾ, ਇਹਨੂੰ ਪਤਾ ਹੀ ਕੋਈ ਨਹੀਂ ਵੀ ਆਹ ਜਿਹੜੇ ਗਾਣੇ ਕੀ ਹੁੰਦੇ ਹੈ, ਚੰਗਾ ਮਾੜਾ ਕੀ ਹੁੰਦਾ ਹੈ, ਕੁਝ ਪਤਾ ਨਾ ਵੀ ਇਸ਼ਾਰੇ ਮੱਤ ਹੱਸ ਕੇ ਜਾਂ ਰੋ ਕੇ ਦਿਖਾਉਂਦਾ। ਇਦੋਂ ਛੋਟਾ 5-6 ਮਹੀਨੇ ਦਾ ਲਾ ਲਓ ਭਾਵੇਂ ਤੁਸੀਂ, ਪਰ ਜਦੋਂ ਇਸ ਬੱਚੇ ਦੇ ਨਾਲ ਕਿਸੇ ਪ੍ਰਕਾਰ ਦਾ ਤੁਸੀਂ ਗਾਣਾ ਚਲਾ ਕੇ ਰੱਖੋਗੇ ਨਾ, ਹੁਣ ਜਿਸ ਜਦੋਂ ਉਹ ਗਾਣਾ ਚੱਲੇਗਾ, ਉਹਦੇ ਅੰਦਰ ਕੋਈ ਵੀ ਪ੍ਰਕਾਰ ਦਾ ਸਾਜ ਵੱਜਦਾ, ਗੀਤ ਚੱਲਦੇ ਨੇ, ਉਹ ਬੱਚੇ ਨੂੰ ਭਾਵੇਂ ਸਮਝ ਪਏ ਭਾਵੇਂ ਨਾ ਪਏ, ਪਰ ਉਹ ਉੱਛੜ ਲੱਗ ਪੈਂਦਾ, ਉਹ ਨਾਚ ਕਰਦਾ। ਇੱਥੇ ਹੁਣ ਦੇਖੀਏ, ਸਮਝ ਤਾਂ ਉਹਨੂੰ ਕੋਈ ਨਹੀਂ ਪਈ, ਪਰ ਬੱਚੇ ਨੱਚਦੇ ਕਿਉਂ ਨੇ? ਕਹਿਣ ਲੱਗੇ ਜਿਹੜੇ ਅੰਦਰਲੇ ਫੁਰਨੇ ਨੇ ਨਾ, ਉਹ ਨਚਾਉਂਦੇ ਨੇ। ਜਿਹੜਾ ਗਾਇਕ ਕੀ ਪਤਾ ਕਦੋਂ ਕਦਾ ਮਰਿਆ ਹੁੰਦਾ, ਪਰ ਉਹ ਬੱਚਾ ਉਹਦੇ ਗਾਣੇ 'ਤੇ, ਗੀਤ 'ਤੇ ਫਿਰ ਵੀ ਹੱਲਦਾ, ਸਰੀਰ ਨੂੰ ਹਿਲਾਉਂਦਾ।
ਜਿਹੜੀ ਗੱਲ ਕੀਤੀ ਸੀ ਮੈਡੀਕਲ ਸਾਇੰਸ ਦੀ, ਇੰਨਾ ਕੁਝ ਹੱਡ ਨੇ, ਮਾਸ ਨੇ, ਹਾਰਟ ਨੇ, ਫੇਫੜੇ ਨੇ, ਇਹਦੇ ਵਿੱਚ ਅੰਮ੍ਰਿਤ ਕਿੱਥੇ ਹੈ? ਅਤੇ ਹੁਣ ਧਿਆਨ ਦਿਓ, ਬੰਦੇ ਅੰਦਰ ਜੇ ਕਿੰਨੀ ਕੁ ਮੈਲ ਭਰੀ ਹੋਵੇ, ਇਹਦੀ ਨੀਤ ਕਿੰਨੀ ਕੁ ਮਾੜੀ ਹੈ, ਉਹ ਕਿਹੜੀ ਕੈਮਰੇ ਵਿੱਚ ਆਉਂਦੀ ਹੈ? ਆਉਂਦੀ ਤਾਂ ਉਹ ਵੀ ਨਹੀਂ ਨਾ, ਪਰ ਸਾਰੇ ਪਵਾੜੇ ਨੀਤ ਹੀ ਪਵਾ ਦਿੰਦੀ ਹੈ। ਬੰਦੇ ਦੇ ਅੰਦਰ ਕਿੰਨਾ ਕੁ ਕਰੋਧ ਜਾਂ ਕੈਮਰਾ ਦਿਖਾ ਸਕਦਾ, ਉਹ ਸਕੈਨਿੰਗ ਵਿੱਚ ਆ ਹੀ ਨਹੀਂ ਸਕਦਾ, ਕਿਉਂਕਿ ਜਿਹੜੀਆਂ ਚੀਜ਼ਾਂ ਕੈਮਰੇ ਅਤੇ ਐਕਸਰਿਆਂ 'ਚ ਨਹੀਂ ਆ ਸਕਦੀਆਂ, ਸਾਰੇ ਦੇ ਸਾਰੇ ਜੱਬ ਅਤੇ ਪਵਾੜੇ ਆ ਅਦਿਸ਼ਟ ਸਰੂਪ ਹੀ ਕਰਾਈ ਬੈਠਾ ਹੈ। ਕਾਮ ਨਹੀਂ ਦਿਸਦਾ, ਕ੍ਰੋਧ ਨਹੀਂ ਦਿਸਦਾ, ਲੋਭ ਨਹੀਂ ਦਿਸਦਾ, ਮੋਹ ਨਹੀਂ ਦਿਸਦਾ, ਹੰਕਾਰ ਨਹੀਂ ਦਿਸਦਾ, ਕੈਮਰੇ ਅੰਦਰ ਕੋਈ ਚੀਜ਼ਾਂ ਨਹੀਂ ਦਿਸਦੀਆਂ ਮੈਡੀਕਲ ਸਾਇੰਸ ਵਾਲਿਓ, ਪਰ ਦਿਸਦਾ ਕੀ ਹੈ? ਜਿਹੜੀਆਂ ਚੀਜ਼ਾਂ ਦਿਸਦੀਆਂ ਨੇ ਉਹ ਚਲਾਉਣ ਨਾਲ ਇਹਨਾਂ ਦੀਆਂ ਚਲਾਈਆਂ ਚੱਲਦੀਆਂ ਨੇ। ਸਰੀਰ ਸਾਡਾ ਚਲਾਇਆ ਚੱਲਦਾ ਹੈ, ਪਰ ਜਿੱਥੇ ਆਪਣਾ ਮਨ ਕਰੇ, ਜਿੱਥੇ ਅੰਦਰਲੇ ਫੁਰਨੇ ਸਰੀਰ ਨੂੰ ਲੈ ਕੇ ਜਾਣਗੇ, ਸਰੀਰ ਉੱਧਰ ਨੂੰ ਜਾਏਗਾ। ਜਿਹੜੇ ਸਰੀਰ 'ਤੇ ਸਕੈਨਿੰਗ ਅੱਜ ਕੱਲ੍ਹ ਹੋ ਰਹੀ ਹੈ, ਐਕਸਰੇ ਹੋ ਰਹੇ, ਇਹਦੇ ਸਰੀਰ ਨੂੰ ਤਾਂ ਬੰਨਿਆ ਜਾ ਸਕਦਾ, ਅੰਦਰ ਵਾਲਿਆਂ ਨੂੰ ਕਿਵੇਂ ਬੰਨਾਂਗੇ, ਜਿਸ ਦੀ ਗੁਰੂ ਨਾਨਕ ਸਾਹਿਬ ਗੱਲ ਪਏ ਕਰਦੇ ਨੇ। ਗੁਰੂ ਸਾਹਿਬ ਕਹਿਣ ਲੱਗੇ, ਇੱਥੇ ਟਿਕ, ਸੋਰ ਦਾ ਆਨੰਦ ਮਾਣ, ਇਸ ਨੂੰ ਜਾਗ ਲਾ, ਜੋ ਅੰਮ੍ਰਿਤ ਤੋਂ ਅੱਗੇ ਕੀ ਬਿਧ ਹੈ, ਗੁਰੂ ਸਾਹਿਬ ਕਿਰਪਾ ਕਰਨ, ਅੰਮ੍ਰਿਤ ਵੇਲੇ ਫਿਰ ਚਰਨਾਂ ਨਾਲ ਜੁੜ ਕੇ ਸਿਧਾਂਤ ਦ੍ਰਿੜ ਕਰਵਾ ਦੇਣ। ਸਿੱਖ ਸਿਧਾਂਤ ਅੰਮ੍ਰਿਤ ਜਿਵੇਂ ਸਮਝ ਪੈ ਗਈ, ਇਸੇ ਤੋਂ ਅੱਗੇ ਗੁਰੂ ਸਾਹਿਬ ਕਿੰਬ ਕਿਰਪਾ ਕਰਿਓ, ਅੰਮ੍ਰਿਤ ਵੇਲੇ ਦਾਤ ਬਖਸ਼ ਕੇ ਫਿਰ ਬਚਨਾਂ ਨਾਲ ਜੋੜ ਦਿਓ, ਸੱਚ ਦੇ ਸਰੋਵਰ ਨਾਲ ਜੁੜ ਜਾਈਏ, ਜਾਗ ਸਾਡੇ ਮਨ ਨੂੰ ਲੱਗ ਜਾਏ। ਕਿੰਨਾ ਕੁ ਚਿਰ ਹਿਰਨ ਵਾਂਗ ਕਸਤੂਰੀ ਦੇ ਭੱਜਦੇ ਫਿਰਾਂਗੇ, ਕਸਤੂਰੀ ਹੈ ਅੰਦਰ, ਜਾਗ ਬਿਨਾਂ ਪ੍ਰਗਟਾਵਾ ਨਹੀਂ। ਹੋਈਆਂ ਭੁੱਲਾਂ ਦੀ ਖਿਮਾ, ਗਲਤੀਆਂ ਦੀ ਮਾਫ਼ੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।